ਅੱਜ ਸਾਡੇ ਹਾਣਦੇ ਨੇ ਸਭ ਮੌਜਾਂ ਮਾਣਦੇ ਹੈ ਨੀ ਬੇਬੇ ਮੇਰੀ ਇਹ ਜੋੜੀ ਨੂੰ ਮਿਲੇ ਜਾਣਦੇ ਦੋ ਦਿਨ ਦੀ ਆਪਾਂ ਲਾਈ ਡਿਊਟੀ ਦੇ ਹੁਣ ਮੈਂ ਪਹੁੰਚਿਆ ਅੰਮ੍ਰਿਤਸਰ ਅਤੇ ਮਨਦੀਪ ਨੂੰ ਮੈਨੂੰ ਲੈਣ ਆਈ ਮੈਂ ਮੋਟਰਸਾਈਕਲ ਸਕੂਟਰ ਨਹੀਂ ਖੜਿਆ ਕੋਈ ਵੀ ਅਤੇ ਹੁਣ ਇਹ ਉਹ ਕੁੜੀਆਂ ਨੂੰ ਲਾ ਗਏ ਕੰਮ ਵਾਸਤੇ ਅਤੇ ਉਹਨਾਂ ਲਈ ਖਾਣੇ ਸਮੋਸੇ ਅਤੇ ਮੈਂ ਤਾਂ ਕਰਾਇਆ ਆਪਣੇ ਡਰੈਗਨ ਰੋਲ ਮੈਨੂੰ ਬਹੁਤ ਪਸੰਦ ਆ ਉਹ ਲੱਗਾ ਪਾਉਣ ਉਹਦੇ ਵਿੱਚ ਹੀ ਹਾਂਜੀ ਹੁਣ ਅਸੀਂ ਸਮੋਸੇ ਦੀ ਪਾਰਟੀ ਕਰਾਂਗੇ ਮੈਂ ਕੌਲ ਕੋ ਮੰਗਣੇ ਪਹਿਲਾਂ ਅਸੀਂ ਆਪਣੇ ਘਰ ਹੀ ਕਰਾਂਗੇ ਫਿਰ ਬਾਅਦ ਜੇ ਵੇਲੇ ਅਤੇ ਸਾਰੇ ਖਾ ਪੀ ਕੇ ਫਿਰ ਉਸ ਤੋਂ ਬਾਅਦ ਆਪਾਂ ਵੀਰਨੇ ਘੜੀ ਕੀ ਕਰਨਾ ਹੁਣ ਬਹੁਤ ਵਧੀਆ ਚਾਹ ਬਣਾਉਣੀ ਹੈ ਕੈਂਟ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਹੁੰਚ ਚੁੱਕਾ ਕਰ ਦੋ ਚਾਰ ਛੁੱਟੀਆਂ ਉਹ ਦੋ ਚਾਰ ਦਿਨ ਦੀ ਵੀਹ ਅਤੇ ਉਸ ਤੋਂ ਬਾਅਦ ਹੁਣ ਘਰ ਆਏ ਹਾਂ ਅਤੇ ਘਰ ਫਿਰ ਉਹ ਹਾਲ ਹੀ ਹੈ ਜੇ ਜੋ ਮੈਂ ਛੱਡ ਕੇ ਜਾਣਾ ਦੋਵਾਂ ਚਾਰ ਦਿਨਾਂ ਸੈੱਟ ਹੋ ਜੂਗਾ ਪਰ ਨਹੀਂ ਖਲਾਰੇ ਤਾਂ ਖਲਾਰਾ ਖਲਾਰੇ ਤਾਂ ਖਲਾਰਾ ਵੱਧਦਾ ਹੀ ਜਾਣ ਡਿਆ ਵੱਧਦਾ ਹੀ ਜਾਣ ਡਿਆ ਹੁਣ ਇਹਦੇ ਅੰਦਰ ਵੈਸੇ ਲੱਗ ਗਈ ਸਾਰੇ ਟਾਇਲ ਪੌੜੀਆਂ ਦੀ ਰਹਿ ਗਈ ਆ ਅਤੇ ਇੱਕ ਬਾਥਰੂਮ ਦੀ ਰਹਿ ਗਈ ਹੈ ਅਤੇ ਪੌੜੀਆਂ ਲੈਂਟਰ ਵੀ ਖੁੱਲ੍ਹਣ ਡਿਆ ਬਸ ਅੰਦਰ ਦਾ ਕੰਮ ਨਿਬੜ ਗਿਆ ਬਾਹਰ ਦਾ ਤਾਂ ਚੱਲ ਚੱਲਦਾ ਰਹਿਣਾ ਅਤੇ ਥੋੜ੍ਹਾ ਜਿਹਾ ਸਾਹ ਲੈ ਪ੍ਰੋਬਲਮ ਆਉਣ ਡਈ ਗੁਰਨਵਾਜ ਘਰੋਂ ਬਾਹਰ ਰਹਿੰਦਾ ਹਮੇਸ਼ਾ ਕਿਉਂਕਿ ਉਹ ਨਿੱਕਾ ਹੈ ਨਾ ਫਿਰ ਉਹਦੇ ਘੱਟਾ ਨਾ ਚਲੇ ਅਤੇ ਹੁਣ ਮੈਂ ਹੀ ਲਿਆ ਮੈਂ ਮਨਜੀਤ ਮੈਂ ਬੈੱਡ ਲਾਉਣ ਡਿਆ ਆਹ ਸੁਖਾਲਾ ਸਾਂਭਾਂਗੇ ਅਤੇ ਫਿਰ ਵਿਹਲੇ ਹੋ ਗਏ ਫਿਰ ਮਿਲਦੇ ਤੁਹਾਨੂੰ ਅਤੇ ਉੱਧਰ ਹੁਣ ਆਹ ਬੈੱਡ ਜਿਹੜਾ ਮੰਮੀ ਵਾਲਾ ਇੱਧਰ ਕੱਦਣਾ ਇਹ ਥੋੜ੍ਹਾ ਜਿਹਾ ਓਲਡ ਸਟਾਈਲ ਹੋ ਗਿਆ ਜਿਹੜਾ ਉਹ ਸਾਡੇ ਵਾਲਾ ਆਇਆ ਦਾਚ ਉਹ ਮੰਮੀ ਵਾਲੇ ਅੰਦਰ ਕੱਦਣਾ ਉਹ ਸੋਹਣਾ ਲੱਗਣ ਗਿਆ ਅਤੇ ਬਾਕੀ ਸਾਡੇ ਵਾਲਾ ਤਾਂ ਜਿਹੜਾ ਨਵਾਂ ਹੀ ਹੈ ਅਤੇ ਆਹ ਕੱਪੜੇ ਖੜ ਖੜ ਇਹਨਾਂ ਰੱਖੇ ਸਾਰੇ ਹੁਣ ਅਤੇ ਪੱਖੇ ਥੱਲੇ ਬਹਿ ਗਏ ਮੈਂ ਅਤੇ ਬੱਬੂ ਰਹੀਆਂ ਸਫਾਈਆਂ ਕਰਨ ਦਾ ਗੱਦੇ ਦੇ ਕਵਰ ਵੀ ਪਾੜ ਗਏ ਅਤੇ ਹੁਣ ਉਹ ਟਾਇਲ ਵੀ ਮੰਜਾ ਦੀ ਇੱਥੇ ਚੁੱਕਣੀ ਪੈਣੀ ਕਿਉਂਕਿ ਬਾਹਰ ਲੱਗਣ ਵਾਲੀ ਰਹਿ ਗਈ ਅੰਦਰ ਤਾਂ ਸਾਰੀ ਲੱਗ ਹੀ ਗਈ ਹੈ ਅਤੇ ਹੁਣ ਬਾਹਰ ਨੂੰ ਹੀ ਕੰਮ ਸ਼ੁਰੂ ਹੋ ਗਿਆ ਬਸ ਪੌੜੀਆਂ ਦਾ ਅਤੇ ਬਾਥਰੂਮ ਦਾ ਰਹਿ ਗਿਆ ਇਹ ਦੋ ਚੀਜ਼ਾਂ ਪੌੜੀਆਂ ਦਾ ਕੱਲ੍ਹ ਪੱਥਰ ਦੋ ਤਿੰਨ ਦਿਨ ਲਾ ਜਾਣੇ ਆਉਂਦੇ ਪੌੜੀਆਂ ਨੂੰ ਕੱਟਦਾ ਕੁੜਦਾ ਕਟਿੰਗ ਜ਼ਿਆਦਾ ਹੁੰਦੀ ਉਹਦੀ ਅਤੇ ਉਹ ਲੱਗਣਾ ਅਤੇ ਬਾਕੀ ਰਹਿ ਗਿਆ ਹੁਣ ਅਜਿੰਦਰ ਹੋਣਾ ਐਕਟੀਵਾ ਲਿਆਉਂਦੀ ਉਹ ਪਾਰਟੀ ਆਖਣ ਡਿਆ ਮੈਂ ਮੇਰੀ ਨਹੀਂ ਵਾਹ ਕੋਈ ਪਾਰਟੀ ਪੂਰਟੀ ਬਾਅਦ ਵੇਖਾਂਗੇ ਪਹਿਲੋਂ ਆਹ ਕੰਮ ਜ਼ਰੂਰੀ ਕਰ ਲਈਏ ਵਿਹਲੇ ਹੋ ਗਏ ਇੱਕੇ ਦੀ ਸਾਰਾ ਕੁਛ ਕਰਾਂਗੇ ਮੋਟੂ ਆ ਚੁੱਕਾ ਹੈ ਅੱਜ ਨਹਾਉਣ ਆਇਆ ਬੰਬੀ ਦੇ ਬੰਬੀ ਚੱਲਣ ਦੀ ਅੱਜ ਮੈਂ ਤਾਂ ਹੀ ਸੱਦਿਆ ਤੈਨੂੰ ਮੈਂ ਬੰਬੀ ਦਿਨਾਏਗਾ ਜਾ ਖੋਤਾ ਹੀ ਆ ਨਾ ਤੂੰ ਗਰਬਣ ਵੀ ਆ ਚੁੱਕਾ ਇੱਧਰ ਅੱਜ ਛੁੱਟੀ ਇਹਨਾਂ ਸਾਰਿਆਂ ਨੂੰ ਮਿੱਟੀ ਪਵਾਈ ਹੈ ਹਟਦਾ ਨੀ ਅੰਦਰ ਵੀ ਵੜਦਾ ਹੈ ਇਹੋ ਜਿਹੇ ਕੱਪੜੇ ਧੋਣ ਦਾ ਫਾਇਦਾ ਨੀ ਕੋਈ ਕਿੱਡੇ ਧੋ ਪਾਏ ਘੱਟਾ ਹੀ ਪੈਣਾ ਹੁਣ ਹੀ ਚਲੇ ਸਿਰ ਪਿੜ ਦੀਆਂ ਗੋਲੀਆਂ ਲੈਣ ਕੰਮ ਕਰ ਕਰਕੇ ਸਾਰੇ ਥੱਕ ਗਏ ਸਾਰੀਆਂ ਕੁੜੀਆਂ ਮੰਗਣੀਆਂ ਸਿਰ ਪਿੜ ਦੀਆਂ ਗੋਲੀਆਂ ਉਹਨਾਂ ਨੂੰ ਲਿਆ ਕੇ ਦਿੰਦੇ ਆ ਬੀਪੀ ਬੂਪੀ ਵੱਧ ਗਿਆ ਵਿਚਾਰੀਆਂ ਦੇ ਕੰਮ ਕਰ ਕਰ ਜਾਵਦੇ ਸਤਿ ਸ਼੍ਰੀ ਅਕਾਲ ਜੀ ਚਾਚਾ ਬਣੀ ਪਾਰਟੀ ਚਾਚਾ ਬਣ ਗਿਆ ਵਧਾਈਆਂ ਖਵਾਓ ਲੱਡੂ ਕਿਹੜੇ ਫਿਰ ਲੈ ਇਹਨੂੰ ਇਹ ਵੀ ਫਿਰ ਕਿਤੇ ਬਾਹਰ ਚੱਲੇ ਤਾਂ ਆਇਆ ਕਿੰਨੇ ਦਿਨਾਂ ਦਾ ਕਹਿਣ ਡਿਆ ਕੱਪੜੇ ਹੈਗੇ ਆ ਚੱਲ ਵਧੀਆ ਹਜੇ ਪਹਿਲਾਂ ਗੋਲੀ ਲੈ ਗਈ ਹੈ ਚੱਲਦੇ ਨਹਾਉਂਦੇ ਆਣ ਕੇ ਪੰਡ ਦਵਾਈ ਦੀ ਲਿਆ ਦਿੱਤੀ ਪੰਡ ਦਵਾਈ ਦੀ ਲੈਂਟਰ ਖੋਲਣ ਡੇ ਪਲੇਟ ਵੱਜ ਕੇ ਅਲਮਾਰੀ ਟੁੱਟ ਗਈ ਇਹਦੀ
ਤੇ ਨਾਲ ਬੀਪੀ ਵੱਧ ਗਿਆ ਵਿਚਾਰੀ ਕਹਿੰਦੀ ਆ ਮੈਂ ਬਚ ਕੇ ਟੁੱਟ ਗਈ ਉਹਦੇ ਨਾਲ ਬੀਪੀ ਵੱਧ ਗਿਆ ਨਾਲ ਲੰਮੇ ਪੈ ਗਈ ਉਹਨੂੰ ਮੈਂ ਅਲਮਾਰੀ ਤੇ ਨਵੀਂ ਆਈ ਨੀ ਵਹੁਟੀ ਨਵੀਂ ਆਉਣੀ ਹੁਣ ਸੀਮਟ ਦੀਆਂ ਬੋਰੀਆਂ ਸੁੱਟ ਕੇ ਗਿਆ ਸੀ ਉਹ ਵੀ ਵਿਚਾਰਾ ਮਾੜਾ ਜਿਹਾ ਫਿਰ ਮੈਨੂੰ ਆਉਂਦਾ ਉਹ ਵੀ ਵੀਰ ਜੀ ਮੈਨੂੰ ਚੁਕਾ ਦਿਓ ਉਹਦੇ ਨਾਲ ਚੁਕਾ ਕੇ ਪਸੀਨੇ ਹੋ ਗਿਆ ਮੈਂ ਮਹਾਂ ਬੱਤੀ ਆਈ ਉਹ ਵੀ ਡੇ ਗ੍ਰੈਨ ਕਰਨ ਇੱਧਰ ਲੈਂਟਰ ਵੀ ਖੁੱਲ੍ਹ ਗਿਆ ਇਹਨੂੰ ਅਜੇ ਪੇਂਟ ਕਰਾਉਣਾ ਹੈ ਕੰਮ ਨੇ ਐਂ ਵਧੀ ਜਾਂਦੇ ਜਿੱਦਾਂ ਵਿਆਹ ਵਾਲਾ ਘਰ ਹੁੰਦਾ ਕਿਤੇ ਉਹ ਗਾ ਕੇ ਇੱਕ ਗੋਲੀ ਸਿਰ ਪਿੜਦੀ ਅਤੇ ਫਿਰ ਲਾ ਤਿਆ ਮੈਂ ਕੰਮੇ ਇੱਦਾਂ ਮੈਂ ਕਰਦਾ ਨਾ ਨਹੀਂ ਫਿਰਦਾ ਮੈਂ ਛੁੱਟੀ ਕਾਹਦਾ ਸੌਦਾ ਲੈਣ ਚਲਾ ਘਰਦਾ ਘਰਦਾ ਬਿਸਕੁਟ ਫੁੱਲ ਵੜੀਆਂ ਨਮਕੀਨ ਲਿਖ ਲਈ ਠੀਕ ਹੈ ਜਿੰਨੇ ਮਰਜ਼ੀ ਖਵਾ ਦਿਓ ਇੱਕ ਤਰੀਕ ਨਹੀਂ ਲਿਆ ਸੌਦਾ ਵਾਪਸ ਨੇ ਤੁਹਾਡੀਆਂ ਰੀਸਾਂ ਕਿੱਥੇ ਕਰ ਲੈਣੀਆਂ ਮਾਸੀ ਲੱਗੀ ਲਿਸਟ ਬਣਾ ਕੇ ਦੇਣਾ ਜੀ ਮਾਸੀ ਕੀ ਮੰਗਾਇਆ ਜੀ ਉਹ ਤੇਰਾ ਵਾਲਾ ਆ ਜਾਏ ਤੇ ਬੜੀ ਗਰਮੀ ਐਡਾ ਲੰਮਾ ਬਿੱਲ ਅਤੇ ਹਾਏ ਮੇਰਾ ਦਿਲ ਕਿਆ ਵਾਪਸ ਨੇ ਪੰਜਾਬੀ ਪੜ੍ਹਨੀ ਆਉਂਦੀ ਗੰਢੇ ਲੈ ਲਾ ਥੱਲੇ ਮਹੀਨੇ ਦੇ ਇਕੱਠੇ ਮੰਗਾ ਲਿਆ ਤੂੰ ਲਾ ਲਾ ਗੁੰਡਿਆਂ ਨੂੰ ਤੇਲ ਅੱਜ ਨਵੀਂ ਐਕਚੁਆ ਤੇ ਜਾਏਂਗੀ ਅੱਜ ਇਹਨੂੰ ਇਹਨੂੰ ਚਲਾਉਂਦਾ ਹੀ ਵੇ ਮੈਂ ਵਿੰਦਰ ਦੇ ਜਿਹੜੇ ਹੱਥ ਲੰਮੇ ਆ ਤੇ ਲੱਤਾਂ ਲੰਮੀਆਂ ਅੱਗੋਂ ਇਹਨੇ ਹੈਂਡਲ ਫੜ ਲੈਣਾ ਇਹਨੇ ਜਾਤ ਸਿਖਾ ਦੇਣੀ ਸੌਖੀ ਜੇ ਤੇਰਾ ਪਾਉਣਾ ਚੰਗਾ ਹੋਊ ਤੈਨੂੰ ਅੱਜ ਸਿਖਾ ਦੂ ਜਾਚ ਜੇ ਨਹੀਂ ਚੰਗਾ ਹੋਊਗਾ ਫਿਰ ਨਹੀਂ ਸਿਖਾਊਗਾ ਨਹੀਂ ਚੰਗਾ ਸਾਰੀਆਂ ਬੁੜੀਆਂ ਇਹੋ ਜਾਂਦੀਆਂ ਤਾਂ ਘਰ ਵਾਲਾ ਨਹੀਂ ਚੰਗਾ ਮੇਰੀ ਹਾਲਤ ਵੇਖ ਕੀ ਬਣੀ ਮੈਂ ਸੀਮਟ ਲਵਾ ਕੇ ਆਇਆ ਜਣੇ ਭਾਈ ਦੇ ਨਾਲ ਦਸ ਬੋਰੀਆਂ ਉਹ ਵਿਚਾਰਾ ਮੇਰੇ ਕੋਲ ਕਮਜ਼ੋਰ ਜਿਹਾ ਸੀ ਕਹਿੰਦਾ ਵੀਰ ਚੁਕਾ ਦੇਗਾ ਮੈਂ ਲਿਆ ਯਾਰ ਚੁਕਾ ਦਿੰਦਾ ਗੱਲ ਕਰਨ ਦਾ ਤਰੀਕਾ ਹੁੰਦਾ ਨਾ ਤੇ ਉਹਨੂੰ ਮੈਂ ਚੁਕਾ ਕੇ ਆਇਆ ਤੇ ਉਹਨੇ ਜਿਹੜੇ ਭਈਆ ਦੂਜੇ ਨੇ ਵੱਡੇ ਭਈਏ ਨੇ ਘੱਲਿਆ ਵੀ ਜਾ ਸਰਦਾਰ ਲਵਾਉਣ ਡਿਆ ਲਵਾ ਦੇ ਸਰਦਾਰ ਜੀ ਆ ਜਾਓ ਮੈਂ ਲਵਾ ਦਿੰਦਾ ਮੈਂ ਨਹੀਂ ਉਹ ਮੰਗਾਇਆ ਸੀ ਹੋਰ ਬਾਹਰ ਦੀਆਂ ਵੱਖਰੀਆਂ ਇਹ ਜਿਹੜੀਆਂ ਅੰਦਰ ਵਾਲੀਆਂ ਨੇ ਥੋੜੀਆਂ ਕੱਚੀਆਂ ਨੇ ਬਾਹਰ ਵਾਲੀਆਂ ਥੋੜੀਆਂ ਮੋਟੀਆਂ ਟੈਲਾਂ ਉਹ ਤੇ ਗੱਡੀ ਗੁੱਡੀ ਚੜ੍ਹਨੀ ਹੁੰਦੀ ਨਾ ਉਹ ਵੈਸੇ ਪੱਥਰ ਦਾ ਗਿਆ ਤੇ ਪਰ ਉਹ ਕਹਿੰਦੇ ਟੈਲ ਮੋਟੀ ਹੈ ਤੁਹਾਡੀ ਜਾਊਗੀ ਨਹੀਂ ਕਿਤੇ ਐਂ ਕਹਿੰਦਾ ਟਰਾਲੀ ਲਿਆਉਣੀ ਹੈ ਆ ਗਈ ਆ ਉਹ ਬਾਹਰ ਪਈ ਹੈ ਉਹ 2x2 ਦੀ ਹੈ ਇਹ 2x4 ਦੀ ਹੈ ਹਾਂਜੀ ਕੀ ਆ ਉਹ ਅਜੇ ਤਿਆਰ ਨਹੀਂ ਹੋਈ ਤੂੰ ਐਕਟਿਵਾ ਤੇ ਚੜ੍ਹ ਵੀ ਗਿਆ ਤੇ ਨਵੀਂ ਐਕਟਿਵਾ ਤੇ ਚਾਰਜ ਨਹੀਂ ਚੜਿਆ ਫਾਇਦਾ ਕਿਤੇ ਮਾਨ ਨਾ ਇੱਕ ਨੰਬਰ ਤੇ ਇਹਦੇ ਨਾਲ ਦੀ ਕੁੜੀ ਮੈਂ ਵੇਖੀ ਨਹੀਂ ਦੁਨੀਆ ਤੇ ਵਧੀਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਧੀਆ ਵਧੀਆ ਬਹੁਤ ਵਧੀਆ ਮਹਾਰਾਜ ਤੁਹਾਨੂੰ ਸੁੱਖ ਹੰਢਾਉਣੀ ਦੇਵੇ ਜਾਚਾਂ ਸਿੱਖਿਆ ਤਰੱਕੀਆਂ ਕਰੋ ਇੱਥੇ ਚੜ੍ਹ ਕੇ ਤੁਸੀਂ ਦਿਨ ਦੁਨੀ ਰਾਤ ਤੁਸੀਂ ਤਰੱਕੀ ਕਰੋ ਤੇ ਗੁਰਬਨ ਰੋਈ ਜਾਂਦਾ ਵੀ ਮੇਰਾ ਪਾਪਾ ਦਿਲ 'ਚ ਲੈ ਮੈਨੂੰ ਖੜ ਨਹੀਂ ਰਿਹਾ ਪਾਪਾ ਦੀ ਪਰੀ ਚਲਾ ਕੇ ਵਿਖਾ ਪਾਪਾ ਦੀ ਪਰੀ ਤੁਹਾਨੂੰ ਚਲਾ ਕੇ ਵਿਖਾਊਗੀ ਐਕਟਿਵਾ ਉਹ ਵੇਖ ਵਿਖਾਏਗੀ ਚਲਾ ਕੇ ਕਿਆ ਦੰਦ ਕੱਢ ਕੇ ਵਿਖਾਏਗੀ ਖਿੱਚਦੇ ਸਪੀਡਾਂ ਰੇਸ ਨਾ ਦੇ ਦੀ ਕਿਤੇ ਸਟੈਂਡ ਚੁੱਕ ਪਹਿਲਾਂ ਹਾਏ ਹਾਏ ਵਨ
3 ਚਾਬੀ ਲਾਈ ਬ੍ਰੇਕ ਨੱਪ ਕੇ ਸਿਰਫ ਮਾਰਨੀ ਤੇ ਰੇਸ ਇੱਕੋ ਦਮ ਨਹੀਂ ਦੇਣੀ ਕਦੀ ਵੀ ਮਾਰ ਕਰ ਸਟਾਰਟ ਹੁਣ ਰੇਸ ਹੌਲੀ ਹੌਲੀ ਦੇਣੀ ਹੌਲੀ 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 ਮਾੜੀ ਮਾੜੀ ਦੇਣੀ ਹੈ ਬਸ ਇਸ਼ਾਰਾ ਜਿਹਾ ਹੀ ਕਰਨਾ ਇੱਕੋ ਦਮ ਨਾ ਖਿੱਚੀ ਹੌਲੀ ਹੱਥ ਨਹੀਂ ਇੰਨਾ ਘੁਮਾਉਣਾ ਚੱਲ ਕੱਢ ਕੱਢ ਜਦੋਂ ਗੱਲ ਸੁਣ ਜਦੋਂ ਬੰਦੇ ਨੂੰ ਪਤਾ ਲੱਗਣਾ ਵੀ ਡਿੱਗਣ ਨਹੀਂ ਮੈਂ ਤਾਂ ਇਹਨੂੰ ਛੱਡ ਦੇਣਾ ਘੁੱਟ ਕੇ ਨਹੀਂ ਫੜਨਾ ਨਾ ਨਾ ਦੀਪ ਨੇ ਵੀ ਇੱਦਾਂ ਕੀਤਾ ਜਦੋਂ ਸਗੋਂ ਬੰਦਾ ਘੁੱਟ ਕੇ ਫੜ ਲੈਂਦਾ ਇਹਨੂੰ ਸਗੋਂ ਢਿੱਲਾ ਛੱਡਣਾ ਠੀਕ ਹੈ ਨਾ ਚੱਲ ਜਾ ਅਜਲੀ ਟ੍ਰੇਨਿੰਗ ਇੰਨੀ ਬੜੀ ਜਾ ਨੂੰ ਚਲਾਉਣ ਦਾ ਆ ਆਨੰਦ ਖੇਡ ਖੇਡ ਕਮਲਾ ਹੋ ਚੱਲਿਆ ਸੀ ਕੀ ਕੀਤਾ ਪੁੱਤ ਕੀ ਕੀਤਾ ਬਾਥੂ ਦੱਸ ਲੱਪੇ ਮੇਲਾ ਹੌਲੀ ਹੌਲੀ ਹੈ ਚਲੋ ਚੇਂਜ ਕਰ ਦੋ ਸੋਨੀ ਦਾ ਚੇਂਜ ਕਰ ਦੋ ਹੁਣ ਵਿਚਾਰੇ ਨੂੰ ਕੀ ਹੈ ਨਹੀਂ ਕੀ ਲਿਆਂਦਾ ਸੌਦਾ ਲਿਆਓ ਬਿਸਕੁਟ ਬੁਸਕੁਟ ਖਾਈਏ ਹਾਏ ਓਏ ਸੱਚੀ ਲਿਆਂਦੀ ਯਾਰ ਰਹਿਮਤ ਨੂੰ ਰਹਿਮਤ ਫਿਰ ਲਿਆਉਣੇ ਪਈਆਂ ਪਈਆਂ ਵਾਲੇ ਤੁਸੀਂ ਸਾਹਮਣੇ ਨਾ ਤੇ ਰੱਖ ਕਿਹੜੇ ਲਿਆਂਦੇ ਜੀ ਗੁੱਡੇ ਠੀਕ ਹੈ ਮੈਨੂੰ ਭੁੱਖ ਜੀ ਲੱਗ ਗਈ ਯਾਰ ਨਾ ਰੋਟੀ ਨੂੰ ਜੀ ਕਰਨ ਦਿਆ ਪਤਾ ਨੀ ਕੀ ਗੱਲ ਹੁਣ ਮੈਂ ਬਾਹਰ ਆਇਆ ਅਨਹਦ ਨੀ ਉਹ ਖੇਡਣ ਡਿਆ ਦਵਿੰਦਰ ਮੋਟਰਸਾਈਕਲ ਧੋਣ ਡਿਆ ਜਿਹਨੇ ਆਪਣੀ ਐਕਟਿਵਾ ਧੋਲੀ ਜਾ ਕੌਣ ਗੇੜਾ ਲਾ ਕੇ ਵਿਖਾ ਗਿਆ ਬਹੁ ਬਣ ਕੇ ਜਾ ਓ ਗੱਡੀ ਲੱਗ ਹੋ ਗਿਆ ਜਾ ਇੱਕ ਵਾਰੀ ਵੇਖੀ ਜਾਊ ਅੱਜ ਆਪੇ ਵਿੰਦਰ ਨੇ ਕਹਿਣਾ ਜਾ ਜਾ ਗੁਰਨਵਾ ਕਹਿ ਚਾਚੀ 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 ਤਾਈ ਸੱਚ ਕਹਿ ਕਹਿ ਤਾਈ ਤਾਈ ਕਹਿ ਆ ਇੱਕ ਨਿਰਮਾਨ ਨਾਲ ਖੇਡਣ ਡਿਆ ਇਹਦੇ ਮਾਮਾ ਕਢਾਣੀ ਸਿੰਘ ਬਣ ਡਿਆ ਸੀ ਇਹ ਪੁੱਤ ਵੀ ਕੈਮ ਖਵਾ ਕੇ ਗੋਲੀ ਕਵਰ ਅੱਜ ਕੈਮ ਕੀਤਾ ਇਹਨੂੰ ਮੈਂ ਢਿੱਲੀ ਹੋ ਗਈ ਇਹਦਾ ਵਿਚਾਰੀ ਦਾ ਇਹ ਇਰਾਦਾ ਵੀ ਅੱਜ ਜਤਿੰਦਰ ਸਿੰਘ ਆਇਆ ਤੇ ਆਪੇ ਕੰਮ ਸਾਂਭ ਲੂਗਾ ਤੇ ਮੈਂ ਚੱਲ ਘੜੀ ਰੈਸਟ ਕਰ ਲੈਂਦੀ ਪਰ ਉਹ ਗੱਲ ਬਣੀ ਮਾਸੀ ਕੋਲਡ ਡਰਿੰਕ ਪਿਆਉਣ ਲੱਗੀ ਹੈ ਉਹ ਇਹ ਪਰੇ ਹੋਇਆ ਜੂਸ ਲਿਆਈ ਹੈ ਮਾਸੀ ਸਪੈਸ਼ਲ ਕਢਾ ਕੇ ਰਹਿਮਤ ਜੂਸ ਆ ਗਿਆ ਸੌਦਾ ਲੈ ਕੇ ਆਏ ਅੱਜ ਹੈ ਸੌਦਾ ਆਇਆ ਅੱਜ ਇਹਨਾਂ ਦਾ ਜੂਸ ਕੀ ਲਿਆਉਣਾ ਭਾਂਡਿਆ ਮਾਂਜਣ ਵਾਲਾ ਲੈ ਹੀ ਜਾ ਤੂੰ ਕੀ ਖਾਣਾ ਉਧਰ ਆਉਣਾ ਤਾਂ ਪੀਜ਼ਾ ਖਾਣਾ ਤੇ ਆਣ ਕੇ ਮੂੰਹ ਲਾ ਕੇ ਡਕਾਰ ਮਾਰਾਂਗੇ
ਕੀਤੀ ਗੱਲ ਨਾ ਤੇਰੇ ਸਹੀ ਉਹ ਗੁੱਬਨ ਵੱਡਾ ਗਏ ਵੱਡਾ ਗਏ ਉਹ ਵੱਡਾ ਗਏ ਪਰ ਤੇਰੇ ਵਰਗੀ ਲਾਦ ਨੀ ਹੋਣੀ ਚਾਹੀਦੀ ਕਿਸੇ ਦੀ ਉਹਦੇ ਮਾਂ ਦਾ ਨੀ ਸਗਾ ਜਿਹੜੇ ਮਾਵਾਂ ਮਾਵਾਂ ਨੂੰ ਨਾਲ ਨਾ ਖੜਨ ਰੋਣਾ ਤੇਰਾ ਕਦੇ ਰੰਗ ਹੀ ਲਾ ਲੈ ਕਦੇ ਐਕਟੀਵਾ ਦਾ ਧੋ ਧੋ ਕਿਹੜੀ ਕਿੱਕ ਦਾ ਵੀ ਕਰਾਇਆ ਜਿਹੜੀ ਠਾਣਾ ਉਹਨਾਂ ਨੂੰ ਕਰਦੇ ਨੇ ਜੇ ਤੁਸੀਂ ਕਰ ਲਾ ਸਫਾਈ ਕਿਤੇ ਮਾਸੀ ਦੇ ਗਈ ਇੱਥੇ ਸਾਬਣ ਸੁਗੜਾਂ ਦੀ ਇੱਥੇ ਧੋ ਸਾਬਣ ਫੜਾਈ ਹੋਈ ਜਿਹੜੀ ਉਹ ਫੜਾਈ ਤਾਂ ਮਾਸੀ ਪਾਣੀ ਵੀ ਫੜਾਇਆ ਤੇ ਨਾਲ ਪਾਉਣ ਲਈ ਫੜਾਇਆ ਨਾਲ ਮੱਗਣਾ ਪੈਸ਼ਾ ਵੀ ਮੰਮੀ ਬੰਦ ਹੋ ਗਈ ਨਾ ਮੁੰਡਾ ਤੇਰਾ ਬਾਹਰ ਚਲ ਗਿਆ ਬਾਹਰ ਚਲ ਗਏ ਹਾਂਜੀ ਗਾਇਸ ਤੇ ਹੁਣ ਕਾਫੀ ਕੰਮ ਕਰਨ ਤੋਂ ਬਾਅਦ ਅਸੀਂ ਵਿਹਲੇ ਹੋਏ ਹਾਂ ਕਾਫੀ ਅੱਜ ਥਕਾਵਟ ਹੋਈ ਹੈ ਤੇ ਟਾਲਾਂ ਲੱਗ ਗਿਆ ਤਕਰੀਬਨ ਸਾਰਾ ਕੰਮ ਨਿਬੜ ਗਿਆ ਹੁਣ ਬਸ ਬਾਥਰੂਮ ਦਾ ਥੋੜ੍ਹਾ ਜਿਹਾ ਰਹਿ ਗਿਆ ਤੇ ਪੌੜੀਆਂ ਰਹਿ ਗਿਆ ਤੇ ਵਹੁਟੀ ਸਾਡੀ ਢਿੱਲੀ ਹੋ ਗਈ ਹੈ ਤੇ ਇਹਨੂੰ ਦਵਾਈ ਦਵੂਈ ਦਵਾਉਂਦੇ ਹੁਣ ਫਿਰ ਇੱਕ ਵਾਰੀ ਮੰਮੀ ਕਹਿੰਦੀ ਲੋਕੀ ਬੜਾ ਕਰਨ ਫੋਨ ਕਰਕੇ ਕੀ ਹੋ ਗਿਆ ਲੋਕੀ ਨਹੀਂ ਹੁੰਦੇ ਮੰਮੀ ਅੱਗੇ ਮੈਨੂੰ ਕਹਿੰਦੇ ਕਿਹਾ ਫੈਮਿਲੀ ਕਹੀ ਦਿੰਦੀ ਇਹਨਾਂ ਨੂੰ ਮੈਂ ਛੱਡ ਕੇ ਆਵਾਂ ਗੁਰਦੁਆਰਾ ਸਾਹਿਬ ਤੇ ਚਾਚੀ ਨੂੰ ਕਿਹਾ ਚਾਬੀ ਦਿਓ ਐਕਟੀਵਾ ਦੀ ਚਾਚੀ ਨੂੰ ਆਹੋ ਬਦਲ ਚਾਚੂ ਨੇ ਮੋਟਰਸਾਈਕਲ ਖੜਾਇਆ ਉਹ ਪੁੱਤ ਲਿਆ ਨਹੀਂ ਅਜੇ ਬੁਲਟ ਆਪਾਂ ਉੱਥੇ ਲਾ ਤਾ ਜਲੰਧਰ ਹੁਣ ਆਪਾਂ ਕਹਿੰਦੇ ਇਕੱਲੀ ਐਕਟੀਵਾ ਹੀ ਆ ਵੈਸੇ ਹੁਣ ਆਪਾਂ ਨੂੰ ਕੋਈ ਪਰਵਾਹ ਨਹੀਂ ਜੇ ਕਿਤੇ ਲੋੜ ਲਾਣ ਪਵੇ ਤਾਂ ਆਪਾਂ ਗੁਆਂਢੀਆਂ ਦੀ ਵੀ ਖੜ ਸਕਦੇ ਹਾਂ ਅੱਜ ਕੱਲ੍ਹ ਇਹਨਾਂ ਦੀ ਵੀ ਘਰੇ ਹੀ ਹੁੰਦੀ ਆ ਇਹਨਾਂ ਨੇ ਵੀ ਰੋਟੀ ਦਾ ਕੰਮ ਹੀ ਨਿਬੇੜਿਆ ਜੇ ਚੌਲ ਹੀ ਖਾਂਦੇ ਜੇ ਵੀ ਹੈਂ ਗਰਮੀ ਬੜੀ ਨਾ ਪਕਾਉਣੀਆਂ ਮੈਂ ਨਾ ਖਲਾਉਣੀਆਂ ਮੈਂ ਨਾ ਖਾਣੀਆਂ ਮੈਂ ਹਾਂਜੀ ਪੁੱਤ ਉਹਨਾਂ ਨੂੰ ਕਿਹਾ ਜਿਹੜੀ ਤੁਸੀਂ ਆਖਣ ਡੇ ਪਿੱਛੇ ਰੱਖੀ ਹੈ ਨਹੀਂ ਹੋਰ ਕੋਈ ਚੀਜ਼ ਵੀ ਖਾਣ ਵਾਸਤੇ ਇਕੱਲੀ ਉਹ ਹੀ ਆ ਵੇਖੋ ਜੀ ਹੁਣ ਬੰਦਾ ਵਿਚਾਰਾ ਕੀ ਕਹਿ ਸਕਦਾ ਹੋਰ ਉਹ ਜਾਂਦਾ ਕੁਆਈ ਨਾ ਮੈਨੂੰ ਲੱਗਾ ਹੀ ਛਿੱਤਰ ਲੱਗਾ ਹੀ ਲੱਗਾ ਹੀ ਲੱਗਾ ਹੀ ਲੱਗਾ ਹੀ ਚੱਲ ਮਾਰਦੇ ਮਾਰਦੇ ਨਹੀਂ ਦੇ ਆਂਦੇ ਮੁੰਡਾ ਭਾਵੇਂ ਖਿਆਲ ਰੱਖੇ ਨਾ ਰੱਖੇ ਧੀਆਂ ਰੱਖਦੀਆਂ ਆਂਦੀ ਚਾਚੂ ਤੁਸੀਂ ਪਜਾਮਾ ਪਾ ਲਓ ਮੱਥਾ ਨਹੀਂ ਟੇਕਣਾ ਮੈਂ ਵੇਖ ਲਾ ਕੁੜੀਆਂ ਨੂੰ ਪਤਾ ਹੁੰਦਾ ਇਹਨਾਂ ਗੱਲਾਂ ਦਾ ਤੇ ਮੁੰਡਿਆਂ ਨੂੰ ਨਹੀਂ ਪਤਾ ਹੁੰਦਾ ਆਨੰਦ ਨੇ ਇੰਨੇ ਖਲਾਰੇ ਦੇ ਵਿੱਚ ਵੀ ਰੁਮਾਲ ਬੰਨਣ ਲਈ ਗੁਰਦੁਆਰਾ ਸਾਹਿਬ ਲੈ ਜਾਂਦਾ ਤੇ ਗੁਰਨਵਾ ਖੋਤਾ ਲੈਂਦਾ ਨਹੀਂ ਤੇ ਮੈਂ ਪਜਾਮਾ ਪਾਲਾ ਮਿਲਦੇ ਹਾਂ ਗੁਰਦੁਆਰਾ ਸਾਹਿਬ ਜਾਣਾ ਨਾ ਹਾਂਜੀ ਤੇ ਆਨੰਦ ਤੇ ਮੰਮੀ ਦੇ ਗੁਰਨਵਾ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਆਏ ਆ ਤੇ ਮੈਂ ਨਾ ਮੈਨੂੰ ਕੰਮ ਘੱਲਤਾ ਤੇ ਮੇਰਾ ਰਹਿੰਦਾ ਰਹਿ ਗਿਆ ਹੁਣ ਮੈਂ ਵੇਖਦਾ ਆਨੰਦ ਨੂੰ ਛੱਡ ਕੇ ਪਿੰਡ ਤੇ ਫਿਰ ਜਾਣਾ ਤੇ ਗੁਰਦੁਆਰਾ ਮਹਾਰਾਜ ਦੇ ਦਰਸ਼ਨ ਕਰ ਲਈਏ ਤੇ ਵਾਵਾ ਦਿਨ ਵਧੀਆ ਰਹਿੰਦਾ ਰਹਿੰਦਾ ਤੇ ਚਾਚੀ ਇਹਦੀ ਬਣੀ ਇੱਥੇ ਕਿੱਥੇ ਗਈ ਤੇ ਹੁਣ ਅਸੀਂ ਬਾਹਰ ਨਿਕਲੇ ਹਾਂ ਤੇ ਬੰਦਾ ਸਾਡਾ ਬਿਮਾਰ ਪਿਆ ਢਿੱਲਾ ਆ ਤੇ ਉਹ ਕੋਠਿਆ ਨਹੀਂ ਆਂਡਿਆ ਵਿਚਾਰੀ ਦੀ ਕੋਈ ਬਾਹਰ ਨਹੀਂ ਸੁੱਤੀ ਤੇ ਮੈਂ ਚਾਹ ਕੀ ਛੇੜਨਾ ਇਹਨਾਂ ਨਾਲ ਗੱਲਾਂ ਬਾਤਾਂ ਮਾਰਨੇ ਚਾਰ ਬੰਦੇ ਚੰਗੇ ਹੋਰ ਚਾਚਾ ਆਸ਼ੀਰਵਾਦ ਚਾਹੀਦਾ ਕੰਮ ਜ਼ਿਆਦਾ ਕੀਤਾ ਜਾਈ ਠੱਗੀ ਬੜਾ ਕੰਮ ਕੀਤਾ ਅੱਜ ਨਹੀਂ ਦੋ ਤਿੰਨ ਦਿਨ ਹੋ ਗਏ ਲਗਾਤਾਰ ਅਸਲ 'ਚ ਬੰਦਾ ਨਾ ਗੱਲ ਕੰਮ ਤੇ ਇੱਕ ਸਰੀਰ ਜਿਹੜਾ ਹੁੰਦਾ ਨਾ ਉਹ ਆਪਾਂ ਨੂੰ ਲੱਗਦਾ ਵੀ ਨਹੀਂ ਬਿਮਾਰ ਆਪਾਂ ਪਰ ਥਕਾਵਟ ਜ਼ਿਆਦਾ ਹੋ ਜਾਂਦੀ ਆਪੇ ਸਰੀਰ ਸਾਹ ਛੱਡ ਜਾਂਦਾ ਹੈ ਇਹ ਗੱਲ ਹੁੰਦੀ ਆ ਇਸ ਕਰਕੇ ਚੱਲ ਕੋਈ ਗੱਲ ਨਹੀਂ ਦੱਸਿਆ ਮੈਂ ਤੇ ਇਹਨਾਂ ਦੀ ਚੋਰੀ ਬਾਹਰ ਆਣ ਕੇ ਖਲੋ ਗਿਆ ਕੀ ਹੋਇਆ ਕਿ ਸਾਡੇ ਨਾਲ ਵਿੰਦਰ ਨੇ ਵੀ ਜਾਣਾ ਤੇ ਪਰ ਉਹ ਰਹਿਮਤ ਨੇ ਨਾਲ ਤੁਰ ਪੈਣਾ ਅਸੀਂ ਕਿਸੇ ਦੇ ਘਰ ਜਾਣਾ ਥੋੜ੍ਹਾ ਜਿਹਾ ਕੰਮ ਆ ਅਤੇ ਫਿਰ ਕਿਸੇ ਦੇ ਘਰ ਉਹਨੂੰ ਨਹੀਂ ਖੜਨਾ ਕੋਈ ਜ਼ਰੂਰੀ ਕੰਮ ਅਸੀਂ ਚੱਲੇ
ਤੇ ਇਸ ਕਰਕੇ ਉਹਨੂੰ ਨਹੀਂ ਖਾਣਾ ਤੇ ਵਿੰਦਰ ਹੁਣ ਚੋਰੀ ਚੋਰੀ ਆਊਗਾ ਤੇ ਅਸੀਂ ਉਹਦੀ ਵੇਟ ਕਰਦੇ ਹਾਂ ਆਹਨਾਂ ਨਹੀਂ ਮੈਂ ਗਰਮੀ ਖਲੋਤਰੀ ਉਹ ਆਵੇ ਨਾ ਸਾਰੀ ਜਿੰਨਾ ਤੱਕ ਵਾਪਸ ਨਾ ਆ ਗਏ ਉਹਨੇ ਚੁੱਪ ਹੀ ਨੀ ਕਰਨਾ ਜਦੋਂ ਤੱਕ ਉਹਨੂੰ ਫੋਨ ਨਾ ਮਿਲ ਗਿਆ ਉਦੋਂ ਤੱਕ ਨੀ ਕਰਨਾ ਨਹੀਂ ਫੋਨ ਵੇਖਣ ਡਿਆ ਅੰਦਰ ਹਾਂ ਚੀਜ਼ੀਆਂ ਕੱਢ ਲਈਏ ਐਕਟੀਵਾ ਦੇ ਵਿੱਚੋਂ ਤੇ ਇਹਨਾਂ ਬਾਹਰ ਪੱਖਾ ਚਲਾਇਆ ਤੇ ਘੁੱਗੀ ਦੀ ਗੱਲ ਹੁਣ ਪੱਖਾ ਕੱਲਾ ਚੱਲੀ ਜਾਂਦਾ ਤੇ ਆਪ ਸਾਰੇ ਸੁੱਤੇ ਜਾਂਦਾ ਹਰਵੀਰ ਨੇ ਆਉਂਦੇ ਨੂੰ ਮਸ਼ੀਨ ਨੂੰ ਨਾਲ ਹੀ ਸੌਂਦਾ ਜੀ ਬਹੁਤਾ ਪਿਆਰ ਪੈ ਗਿਆ ਕੀ ਟੀ ਸ਼ਰਟ ਬਣਾਈ ਆ ਬਾਹਰ ਤੁਹਾਡਾ ਪੱਖਾ ਕੱਲਾ ਚੱਲਣ ਡਿਆ ਵੀਰ ਘੁੱਗੀ ਦੀ ਗੱਲ ਸੁਣਾਉਂਦੇ ਕਿਸੇ ਨੇ ਨਵਾਂ ਨਵਾਂ ਪੱਖਾ ਲਵਾਇਆ ਤੇ ਸਾਰਾ ਟੱਬਰ ਸੌਂ ਗਿਆ ਪੱਖਾ ਚਲਾ ਕੇ ਬੁੱਢਾ ਆਇਆ ਉਹਨੇ ਬੰਦ ਕਰਤਾ ਆਉਂਦਾ ਆਪ ਸਾਰੇ ਸੁੱਤੇ ਤੇ ਪੱਖਾ ਵਿਚਾਰਾ ਕੱਲਾ ਚੱਲਣ ਡਿਆ ਜੀ ਬਹੁਤ ਸੋਹਣਾ ਸੂਟ ਬਣਾਇਆ ਕਿੰਨੇ ਦਾ ਬਣਾਇਆ ਜੀ ਲੈਸ ਕਰਕੇ ਕੀ ਲਾਏਗਾ ਲੈਸ ਕਰਕੇ ਜੇ ਤੇਰਾ ਰੈਫਰੈਂਸ ਦੇ ਕੇ ਆਉਣਗੇ ਤਾਂ ਉਹ ਲੈਸ ਕਰ ਦਾਂਗੇ ਚੱਲ ਠੀਕ ਹੈ ਮੇਰੇ ਰੈਫਰੈਂਸ ਤੇ ਆ ਜਿਓ ਸਾਰੇ ਜਣੇ ਉਹ ਲੈਸ ਕਰ ਦਾਂਗੇ ਚੱਲ ਠੀਕ ਹੈ ਬੋਲਾ ਕਰਦੇ ਧਰਮਣਾ ਨਹੀਂ ਬੋਲ ਕਰਦੇ ਆ ਮੈਨੂੰ ਵਧੀਆ ਲੱਗੇ ਸਰ ਗੱਲ ਜੀ ਸ਼ਿਮਰ ਦੇ ਉੱਤੇ ਐਂਡ ਕਰਾ ਛੱਡੀ ਜੇ ਭਾਜੀ ਤੇ ਹਾਂ ਆਹ ਉਹ ਤਾਂ ਕਵਰ ਲਾਇਆ ਜੇ ਪਾਣੀ ਪੂਣੀ ਤੇ ਪੀ ਲਓ ਆਉਂਦੇ ਲੱਗ ਪਏ ਜੇ ਸੂਟਾਂ ਦੀਆਂ ਗੱਲਾਂ ਕਰਨ ਕਵਰ ਦੀਆਂ ਉਹਦਾ ਮੈਂ ਅੱਜ ਬਾਕੀ ਫੋਨ ਚ ਆ ਜਾਏਗਾ ਸੁਣਾਇਆ ਸੁਣਾਇਆ ਕੀ ਆਖਣ ਡਿਆ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਜੋਂ ਨੇ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਅੱਜ ਹੁੰਦੀ ਸਰਕਾਰ ਤੇ ਮੁੱਲ ਪਾਉਂਦੀ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਮੈਂ ਗਾ ਕੇ ਸੁਣਾਉਣਾ ਜੀ ਗਾ ਕੇ ਅੱਜ ਸਾਡੇ ਹਾਣਦੇ ਨੇ ਸਭ ਮੌਜਾਂ ਮਾਣਦੇ ਅੱਜ ਸਾਡੇ ਹਾਣਦੇ ਨੇ ਸਭ ਮੌਜਾਂ ਮਾਣਦੇ ਹੈ ਨੀ ਬੇਬੇ ਮੇਰੀ ਏ ਜੋੜੀ ਨੂੰ ਮਿਲੇ ਜਾਣ ਦੇ ਹੈ ਨੀ ਬੇਬੇ ਮੇਰੀ ਏ ਜੋੜੀ ਨੂੰ ਮਿਲੇ ਜਾਣ ਦੇ ਹੈ ਨੀ ਸੱਸੇ ਹੋਣੀ ਏ ਜੋੜੀ ਨੂੰ ਮਿਲੇ ਜਾਣ ਦੇ ਅੱਜ ਸਾਡੇ ਹਾਣਦੇ ਨੇ ਸਭ ਮੌਜਾਂ ਮਾਣਦੇ ਐਨੀ ਬੇਬੇ ਮੇਰੀ ਏ ਜੋੜੀ ਨੂੰ ਮਿਲੇ ਜਾਣ ਦੇ ਐਨੀ ਬੇਬੇ ਮੇਰੀ ਏ ਜੋੜੀ ਨੂੰ ਮਿਲੇ ਜਾਣ ਦੇ ਬਹੁਤ ਮਿੱਠੀ ਆਵਾਜ਼ ਹੈ ਤੁਸੀਂ ਤੁਹਾਡੀ ਤੁਹਾਨੂੰ ਵੈਸੇ ਚਾਹੀਦੀ ਭਲਿਆ ਵੇਲੇ ਕੈਸਟ ਕੱਢਣੀ
ਉਹਨੂੰ ਤੇ ਹੰਸਰਾਜ ਨੂੰ ਐਮ ਪੀ ਬਣਿਆ ਨਾ ਕਿੱਦਾਂ ਕਿਊਰ ਹੋਇਆ ਬਹੁਤਾ ਸੋਹਣਾ ਜੀ ਗਿਆ ਨਹੀਂ ਇੱਥੇ ਪਿੰਡ ਹੁੰਦੀ ਆ ਪਾਰਕ ਕੰਮ ਆ ਕਿਹੜੇ ਵੇਲੇ ਖਾਣਾ ਤੁਸੀਂ ਘਰ ਆਉਂਦੇ ਕ੍ਰਿਚ 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 ਹੋਰ ਤਰ੍ਹਾਂ ਰੇਤ ਜੀ ਦਾ ਹੋਣ ਲੱਗ ਪੈਂਦਾ ਗੱਦੇ ਅੰਦਰ ਲੈ ਗਏ ਜੇ ਤਾਂ ਕਿਤੇ ਭਿੱਜ ਗਏ ਤਾਂ ਇਹਨਾਂ 'ਚੋਂ ਪਾਣੀ ਨਹੀਂ ਜਾਣਾ ਮੁੜ ਕੇ ਅਤੇ ਬਹੁਤ ਧੁੱਪ ਲੱਗ ਗਈ ਇਹਨਾਂ ਨੂੰ ਹੁਣ ਅਤੇ ਅੰਦਰ ਰੱਖੀਏ ਅਤੇ ਜਿੱਦਾਂ ਪਾਠ ਹੋਣ ਡਿਆ ਨਾ ਮਗਰ ਗੁਰਦੁਆਰਾ ਸਾਹਿਬ ਹੁਣੇ ਮੈਂ ਗੁਰਨਵਾਜ ਨਹੀਂ ਚੁੱਕਿਆ ਉਹਨਾਂ ਨੇ ਵਾਹਿਗੁਰੂ ਕਰਨ ਲੱਗ ਪੈਣਾ ਹਾਂਜੀ ਅਤੇ ਹੁਣੇ ਮੈਂ ਅੰਦਰ ਗਿਆ ਅਤੇ ਗੁਰਨਵਾਜ ਅਤੇ ਮੰਮੀ ਅਤੇ ਮੰਮੀ ਤਿੰਨੇ ਜਣੇ ਸੌਂ ਗਏ ਥੱਕ ਗਏ ਵਿਚਾਰੇ ਕੰਮ ਉਹਨਾਂ ਕਾਫੀ ਕੀਤਾ ਮੰਮੀ ਸਾਰਾ ਦਿਨ ਗੁਰਨਵਾਜ ਨੂੰ ਲੈ ਕੇ ਦਿੰਦੇ ਨੇ ਮਨਦੀਪ ਉਹਨਾਂ ਨਾਲ ਕੰਮ ਕਰਵਾਉਂਦੀ ਰਹੀ ਕੁੜੀਆਂ ਸਾਂਭਦੀਆਂ ਰਹੀਆਂ ਪਰ ਉਹ ਫਿਰ ਵੀ ਨਾਲ 'ਤੇ ਕਰਾਉਣਾ ਪੈਂਦਾ ਅਤੇ ਉਹ ਵੀ ਬਿਮਾਰੀ ਉਹ ਵੀ ਸੌਂ ਗਈ ਅਤੇ ਸਾਰੇ ਜਣੇ ਸੌਂ ਗਏ ਗੁਰਨਵਾਜ ਸੌਂ ਗਿਆ ਮੈਂ ਫਿਰ ਇੰਨਾ ਲਾ ਗਿਆ ਮੈਂ ਤਾਂ ਟਾਈਮ ਪਾਸ ਕਰਨਾ ਹੀ ਹੈ ਸਾਨੂੰ ਚਾਹੀਦਾ ਗੱਲਾਂ ਵਾਲਾ ਬੰਦਾ ਕੋਈ ਪਾਂਡੇ ਇੱਧਰ ਕੋ ਸਾਊਂਡ ਵਾਲਾ ਪਾਂਡੇ ਜੇ ਨਹੀਂ ਸੇਰ ਅਹਿਮਦ ਚਾਹੀਦੀ ਹੋਣੀ ਆ ਕੁੜੇ ਵਾਲੇ ਦੇ ਕਿੰਨੇ ਅੱਖਰ ਹੁੰਦੇ ਆ ਪੜ੍ਹ ਲੈਂਦੇ ਨਹੀਂ ਤਾਂ ਦੱਸ 35 ਅੱਖਰ ਹੁੰਦੇ ਆ ਨਹੀਂ ਅਕਲ ਹੋਣੀ ਚਾਹੀਦੀ ਪੰਜਾਬੀ ਨੂੰ ਹਮੇਸ਼ਾ ਯਾਦ ਰੱਖੋ ਭੁੱਲੋ ਨਾ ਕਦੀ ਆਪਣੀ ਮਾਤਰ ਭਾਸ਼ਾ ਠੀਕ ਹੈ ਜ਼ਿਆਦੇ ਦੀ ਉਹ ਥੋੜ੍ਹੀ ਗਿਣੀ ਦੇ ਛਦਣੇ ਉੱਥੋਂ ਤੱਕ 35 ਹੁੰਦੇ ਜੀ ਦਿਮਾਗ ਬੰਦੇ ਦਾ ਤੇਜ਼ ਹੋਣਾ ਚਾਹੀਦਾ ਇੱਦਾਂ ਦਿਮਾਗ ਦੀ ਤੈਨੂੰ ਇੱਕ ਗੱਲ ਦੱਸਦਾ ਇੱਕ ਨਾ ਇੱਕ ਪਿਓ ਆਪਣੇ ਮੁੰਡੇ ਨੂੰ ਚਿੱਠੀ ਲਿਖਦਾ ਆ ਉਹਦਾ ਪਿਓ ਹੁੰਦਾ ਉਹ ਮੁੰਡਾ ਹੁੰਦਾ ਜੇਲ੍ਹ 'ਚ ਉਹ ਲਿਖਦਾ ਵੀ ਪੁੱਤਰਾ ਅੱਜ ਤੂੰ ਇੱਥੇ ਹੁੰਦਾ ਨਾ ਅਤੇ ਮੇਰੇ ਨਾਲ ਜ਼ਮੀਨ ਦੀ ਖੁਦਾਈ ਕਰਾਉਂਦਾ ਅਤੇ ਹੁਣ ਮੇਰੇ ਕੋਲ ਇਕੱਲੇ ਕੋਲ ਖੋਦੀ ਨਹੀਂ ਜਾਂਦੀ ਅਤੇ ਮੈਂ ਹੁਣ ਰਹਿਮਤੀ ਮੈਂ ਫਸਲ ਨਹੀਂ ਬੀਜਣੀ ਅਤੇ ਉਹਦਾ ਮੁੰਡਾ ਅੱਗੋਂ ਚਿੱਠੀ ਲਿਖਦਾ ਵੀ ਬਾਪੂ ਭੁੱਲ ਕੇ ਵੀ ਕਿਤੇ ਖੋਦੀ ਨਾ ਉਹਦੇ ਵਿੱਚ ਮੈਂ ਚੋਰੀ ਦਾ ਸਾਰਾ ਸਮਾਲ ਉੱਥੇ ਲਗਾਇਆ ਪੈਲੀ 'ਚ ਨੱਪਿਆ ਸੀ ਉਹ ਕਿਤੇ ਪਿਓ ਚਿੱਠੀ ਪਹੁੰਚੋ ਤਾਂ ਪਹਿਲਾਂ ਪਹੁੰਚ ਜਾਂਦੀ ਪੁਲਿਸ ਵਾਲਿਆਂ ਕੋਲ ਪੁਲਿਸ ਵਾਲੇ ਕੀ ਕਰਦੇ ਸਾਰੀ ਖੋਦ ਦਿੰਦੇ ਵੀ ਮਾਲ ਲੱਭੀ ਜੋ ਉਹਨੇ ਲਗਾਇਆ ਚੋਰੀ ਦਾ ਅਤੇ ਉਹਨਾਂ ਨੂੰ ਲੱਭਦਾ ਲੁਭਦਾ ਕੱਖ ਵੀ ਨਹੀਂ ਹੈ ਫਿਰ ਉਹਦਾ ਮੁੰਡਾ ਦੂਜੀ ਚਿੱਠੀ ਲਿਖਦਾ ਕਹਿੰਦਾ ਵੀ ਬਾਪੂ ਲੈ ਖਦਾਤੀ ਤੇਰੀ ਜ਼ਮੀਨ ਮੈਂ ਇੱਥੋਂ ਤੱਕ ਹੀ ਕਰ ਸਕਦਾ ਹੁਣ ਕਣਕ ਬੀਜ ਲਾ ਇਹ ਕਰਕੇ ਕਹਿੰਦੇ ਬੰਦੇ ਦਾ ਸਰੀਰ ਭਾਵੇਂ ਕੈਦ ਹੋ ਜੇ ਦਿਮਾਗ ਥੋੜ੍ਹੀ ਕੈਦ ਹੋ ਸਕਦਾ ਸੋਚ ਥੋੜ੍ਹੀ ਕੈਦ ਹੋ ਸਕਦੀ ਇਸ ਕਰਕੇ ਬਿਨਾਂ ਵੇਖੇ ਤੇਰੇ ਵੀਰ ਨੂੰ ਦੱਸੇ ਨਹੀਂ 35 ਅੱਖਰ ਇਹਨਾਂ ਚੀਜ਼ਾਂ ਉਂਗਲਾਂ ਤੇ ਰੱਟੀਆਂ ਹੋਣੀਆਂ ਚਾਹੀਦੀਆਂ ਕੰਪਿਊਟਰ ਕੰਪਿਊਟਰ ਦਿਮਾਗ ਨਹੀਂ ਆ ਮੰਨਦੀ ਹੈ ਕਰਕੇ ਕਹਿੰਦੇ ਵੀ ਬੰਦਾ ਇੰਨਾ ਹੀ ਕਰ ਸਕਦਾ ਮੰਨਦੀ ਨੇ ਜੇਲ੍ਹ 'ਚ ਦੱਸਤਾ ਸੀ ਗੱਲਾਂ ਮਾਰਦੀ ਹੈ ਸਧਾਰਨ ਗਿਆ ਮਾਸੀ ਉਹ ਬੰਦਿਆਂ ਨੂੰ ਸਧਾਰਨ ਗਿਆ
ਤੇ ਸਾਡੇ ਘਰ ਸਾਰੇ ਸੁੱਤੇ ਤਿੰਨੇ ਜਣੇ ਹੀ ਉਹ ਮੈਂ ਠਾਇਆ ਨੀ ਮੈਂ ਚੱਲ ਥੱਕੇ ਬੜੇ ਆ ਕੀ ਬਹੁਤ ਕੰਮ ਕੀਤਾ ਅੱਜ ਮੈਂ ਵੀ ਠਾਇਆ ਮੈਂ ਗੁਰਨਵਾਜ ਸੁੱਤਾ ਮੰਮੀ ਸੁੱਤੀ ਉਹ ਵੀ ਸੁੱਤੀ ਮਨਦੀਪ ਵੀ ਐਕਟਿਵਾ ਤੁਹਾਡੀ ਵਧੀਆ ਜੇ ਵੈਸੇ ਮੈਂ ਵੇਖ ਲਈ ਤਾਂ ਮੈਨੂੰ ਹੁਣ ਚਲਾ ਕੇ ਵੇਖੂੰਗਾ ਬਾਕੀ ਮੈਨੂੰ ਵਧੀਆ ਲੱਗੀ ਐਕਟਿਵਾ ਤੁਹਾਡੀ ਕੰਮ ਕਰ ਜਾ ਕੇ ਬਹੁਤ ਵਧੀਆ ਵੇਖਣ ਨੂੰ ਲੱਗਣੀ ਮੈਂ ਮੈਨੂੰ ਲੱਗੀ ਸੋਹਣੀ ਲੱਗਣੀ ਮੈਂ ਨੀ ਚਲਾ ਕੇ ਵੇਖਦਾ ਮੈਂ ਨੀ ਵੇਖਣੀ ਮੈਨੂੰ ਚਾਹੀਦੀ ਨੀ ਮੈਨੂੰ ਚਾਹੀਦੀ ਨੀ ਰਹਿ ਚਾਬੀ ਲੱਗਾ ਫੜਾਉਣ ਮਾਂ ਤੇ ਚਲ ਗਿਆ ਕਰਤੀ ਉਹ ਗੱਲ ਆਂਦੇ ਗੁਆਂਢ ਦਾ ਰੂਪ ਨੀ ਆਉਂਦਾ ਮੱਤ ਤੇ ਆਈ ਜਾਂਦੀ ਨਹੀਂ ਨਹੀਂ ਮਾਂ ਦਾ ਉਹ ਮੈਂ ਆਪ ਹੀ ਫਸ ਗਿਆ ਆਪਣੀ ਗੱਲ ਚ ਚੰਗਾ ਵੀ ਚਾਚਾ ਗੁੜ ਨਾਇਕ ਮਾਰੋ ਬੂਹੇ ਬਾਵੇ ਸੋਈਏ ਹੀ